ਠੀਕ ਹੋ ਲੈਟਸ ਹੋ ਨੇ ਆਪਣੇ ਚੱਡਾ ਸਾਹਿਬ ਜਾਣਦੇ ਤੇ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਕਰਦੇ ਹਾਂ ਸਾਰੇ ਭਾਈ ਠੀਕ ਹੋਣਗੇ। ਅਤੇ ਅੱਜ ਆਪਣੇ ਅਹਿਮਦ ਭਾਈ ਦਾ ਵਲੀਮਾ ਅਤੇ ਆਏ ਹਾਂ ਉੱਥੇ ਅਤੇ ਨਾਲ ਆਪਣੇ ਦੋਸਤਾਂ ਦੇ ਸ਼ੇਅਰ ਕਰਨੇ ਆ। ਲਓ ਜੀ, ਸਭ ਤੋਂ ਪਹਿਲੇ ਵੈਲਕਮ ਕਰਨਾ ਸੀ ਆਪਣੇ ਗਹਨਫਰ ਭਾਈ ਦਾ, ਜਿਹੜੇ ਕਿ ਸਾਡੇ ਆਉਣ ਤੋਂ ਪਹਿਲਾਂ ਉੱਥੇ ਮੌਜੂਦ ਨੇ, ਅਤੇ ਨਾਲ ਆਪਣੇ ਕੈਸਰ ਭਾਈ ਆ ਜਾਂਦੇ ਨੇ, ਇਹ ਵੀ ਮੇਰੇ ਆਉਣ ਤੋਂ ਪਹਿਲਾਂ ਇੱਥੇ ਮੌਜੂਦ ਨੇ, ਅਤੇ ਤੀਜੇ ਨੰਬਰ 'ਤੇ ਆਏ ਹਾਂ ਅਸੀਂ ਇੱਥੇ। ਅਤੇ ਬਾਕੀ ਦੋਸਤ ਵੀ ਜੈਸੇ ਹੀ ਆਉਂਦੇ ਨੇ, ਇਨਸ਼ਾਅੱਲਾ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਉਹਨਾਂ ਦੇ ਨਾਲ। ਅਭੀ ਮਜ਼ਾ ਆਏਗਾ ਨਾ ਭਿੜੋ। ਚੱਡਾ ਸਾਹਿਬ ਵੀ ਸਾਡੇ ਕੋਲ ਤਸ਼ਰੀਫ ਲੈ ਆਏ ਨੇ, ਅਤੇ ਨਾਲ ਆਪਣੇ ਅਬਦਰਮਾਨ ਭਾਈ ਜਿਹੜੇ ਹਕੀਮ ਸਾਹਿਬ ਨੂੰ ਮਿਲ ਰਹੇ ਨੇ, ਗਜ਼ਨਫਰ ਭਾਈ, ਉਹਨਾਂ ਨੂੰ ਬੜੀ ਦੇਰ ਬਾਅਦ ਮਿਲੇ ਨੇ, ਘੁੱਟ ਕੇ ਜੱਫੀ ਲਾ ਰਹੇ ਨੇ। ਅਬਦਰਮਾਨ ਭਾਈ ਇੱਥੇ ਜ਼ਰਾ ਦੇਖਿਆ ਜਾਏ ਆਪਣੇ ਅਬਦਰਮਾਨ ਭਾਈ। ਲਓ ਜੀ, ਆਪਣੇ ਉਸਮਾਨ ਭਾਈ ਵੀ ਤਸ਼ਰੀਫ ਲੈ ਆਏ ਨੇ, ਅਤੇ ਵੈਲਕਮ ਕਰਦੇ ਅਸੀਂ ਇਹਨਾਂ। ਅਤੇ ਅਹਿਮਦ ਭਾਈ ਕਿੱਥੇ ਜੀ? ਅਹਿਮਦ ਭਾਈ ਆਉਣੇ ਲੱਗੇ ਆ, ਬਾਕੀ ਬੁਲਾ ਕੇ ਲਿਆਓ ਉਹਨਾਂ ਨੂੰ। ਅਹਿਮਦ ਭਾਈ ਆਉਂਦੇ ਨੇ ਤੁਹਾਡੇ ਕੋਲ? ਅਹਿਮਦ ਭਾਈ ਹੋ। ਲਓ ਜੀ, ਆਪਣੇ ਉਸਤਾਦ ਹਰੀ ਵੀ ਆ ਗਏ ਜੀ, ਵਜਾਹਤ ਭਾਈ ਜਿਹੜੇ ਨੇ ਉਹ ਵੀ ਤਸ਼ਰੀਫ ਲੈ ਆਏ ਨੇ। ਦਾਰੂ ਨਹੀਂ ਰੇ ਬਾਬਾ, ਦਵਾਈ ਏ ਭਾਈ। ਤੁਸੀਂ ਵੀ ਆਏ ਹੋ ਭਾਈ? ਬਸ ਆਣਾ ਪੈਂਦਾ। ਹਾਂਜੀ ਹਾਂਜੀ, ਵੈਲਕਮ ਕਰਨੇ ਆ ਤੁਹਾਨੂੰ ਜੀ। ਦੋਸਤ ਆਪਣੇ ਮਾਸ਼ਾਅੱਲਾ ਸਾਰੇ ਆ ਗਏ ਨੇ, ਸਿਰਫ ਹੁਣ ਇੱਕੋ ਬੰਦੇ ਦਾ ਇੰਤਜ਼ਾਰ ਏ, ਤੇ ਉਹ ਹੀ ਨਹੀਂ ਸਾਡੇ ਮੱਥੇ ਲੱਗਣ ਦਿਆ ਅਜੇ। ਕਿਹੜਾ ਜੀ? ਅਹਿਮਦ ਸਾਹਿਬ ਜੀ ਅਜੇ ਤੱਕ। ਚਲੋ ਮਿਲਨੇ ਆਉਂਦਾ ਅਭੀ ਤੇ। ਅੱਛਾ ਚੱਡਾ ਸਾਹਿਬ, ਬੋਤਲ ਦੇ ਬਾਰੇ ਕੀ ਬਿਆਨ ਦੇ ਰਹੇ ਸੋ ਤੁਸੀਂ? ਇਹ ਭਾਈ ਬੜੀ ਅੱਛੀ ਚੀਜ਼ ਏ। ਅੱਛਾ ਅੱਛਾ, ਇਹਨੂੰ ਇਸਤੇਮਾਲ ਕਰਨਾ ਚਾਹੀਦਾ। ਅੱਛਾ, ਇਹ ਬੋਤਲ ਵੇਖ ਸਕਦੇ ਹੋ ਤੁਸੀਂ, ਪਾਣੀ ਦੀ ਪਈ ਏ ਤੇ ਖਾਲੀ ਵੀ ਜ਼ਾਇਆ ਨਹੀਂ ਜਾਂਦੀ। ਖਾਲੀ ਕਿੰਨੇ ਦੀ ਵੇਖਦੀ? ਪੰਜ ਰੁਪਏ ਦੀ ਖਾਲੀ ਡਿਗਰੀ। ਲਓ ਜੀ, ਇਹ ਵੀ ਹਿਸਾਬ ਹੈ ਚੱਡਾ ਸਾਹਿਬ, ਨਾਂ ਵੀ ਨਿਕਲ ਆਉਂਦਾ। ਦੇਖੋ, ਅਸੀਂ ਆ ਸ਼ੇਖ, ਅਸੀਂ ਆ ਕਾਰੋਬਾਰੀ ਬੰਦੇ, ਅਸਾਂ ਹਰ ਚੀਜ਼ ਨੂੰ ਮੈਨੇਜ ਕਰਕੇ ਰੱਖਣਾ ਹੁੰਦਾ। ਹਾਂਜੀ, ਸਾਲ ਦੇ ਕੱਪੜੇ ਪੂਰੇ ਕੈਸਰ ਸਾਹਿਬ ਕੁਛ ਕਹਿ ਰਹੇ ਨੇ। ਲਓ ਜੀ, ਇਸ ਬੋਤਲ ਦੀ ਗੱਲ ਹੁੰਦਾ ਹੀ ਸੀ। ਲਓ ਜੀ, ਅਸਲ ਮਕਸਦ ਇਹ ਸੀ ਕਿ ਹਕੀਮ ਸਾਹਿਬ ਕਹਿ ਰਹੇ ਨੇ ਕਿ ਕੋਕ ਦੀ ਬੋਤਲ ਜਿਹੜੀ ਨਾ, ਇਹਦਾ ਬਾਈਕਾਟ ਕਰਨਾ ਚਾਹੀਦਾ, ਅਤੇ ਇਹ ਜਿਹੜੀ ਹੈ ਨਾ ਸਾਡੇ ਦੁਸ਼ਮਣਾਂ ਦੀ ਬੋਤਲ ਹੈ, ਇਹ ਨਹੀਂ ਪੀਣੀ ਚਾਹੀਦੀ। ਲਿਹਾਜ਼ਾ ਜਿੰਨੇ ਵੀ ਸੁਣਨ ਵਾਲੇ ਨਾ, ਇਹ ਬੋਤਲ ਜਿਹੜੀ ਹੈ ਪੀਣੀ ਛੱਡ ਦਿਓ। ਹਾਂਜੀ, ਜਿੰਨੀਆਂ ਵੀ ਆ ਗੈਰ ਮਜ਼ਬੀ ਬੋਤਲਾਂ ਨੇ ਨਾ, ਇਹ ਛੱਡ ਦਿਓ। ਲਓ ਜੀ, ਅਲਹਮਦੁਲਿਲਾ, ਖਾਣਾ ਜਿਹੜਾ ਉਹ ਵੀ ਲੱਗਣਾ ਸਟਾਰਟ ਹੋ ਗਿਆ, ਅਤੇ ਸਭ ਤੋਂ ਪਹਿਲੇ ਆਇਆ ਸੈਲਡ। ਆਖਿਰਕਾਰ ਮੁੰਡਾ ਵਿਆਹ ਵਾਲਾ ਜਿਹੜਾ ਉਹ ਵੀ ਸਾਡੇ ਹੱਥੇ ਲੱਗ ਗਿਆ, ਅਤੇ ਇਹ ਨੇ ਆਪਣੇ ਅਹਿਮਦ ਭਾਈ, ਇਹਨਾਂ ਦਾ ਅੱਜ ਵਲੀਮਾ ਵੇ। ਸਾਡੀ ਦੁਆ ਹੈ ਕਿ ਅੱਲਾਹ ਪਾਕ ਇਹਨੂੰ ਇਸੇ ਤਰ੍ਹਾਂ ਹੱਸਦਾ ਅਤੇ ਮੁਸਕਰਾਉਂਦਾ ਰੱਖੇ, ਅਤੇ ਆਉਣ ਵਾਲੇ ਵਕਤ ਦੇ ਵਿੱਚ ਅੱਲਾਹ ਪਾਕ ਇਹਦੇ ਵਾਸਤੇ ਆਸਾਨੀਆਂ ਪੈਦਾ ਕਰੇ। ਸਾਡੀ ਤਰਫੋਂ ਅਹਿਮਦ ਭਾਈ ਨੂੰ ਢੇਰ ਸਾਰਾ ਪਿਆਰ, ਨਾਲੇ ਸਾਡੀ ਦੁਕਾਨ ਦੀ ਤਰਫੋਂ ਢੇਰ ਸਾਰੀ ਮੁਬਾਰਕਬਾਦ। ਅੱਲਾਹ ਪਾਕ ਇਹਨਾਂ ਨੂੰ ਖੁਸ਼ ਰੱਖੇ ਅਤੇ ਇਸੇ ਤਰ੍ਹਾਂ ਹੱਸਦਿਆਂ ਮੁਸਕਰਾਉਂਦਾ ਰੱਖੇ। ਲਓ ਜੀ, ਖਾਣਾ ਛਾਣਾ ਜਿਹੜਾ ਉਹ ਵੀ ਤਮਾਮ ਦੋਸਤਾਂ ਖਾ ਲਿਆ, ਅਤੇ ਹੁਣ ਅਸੀਂ ਚੱਲੇ ਹਾਂ ਵਾਪਸ। ਲਓ ਦੋਸਤੋ, ਇਹ ਸੀ ਆਪਣੇ ਅਹਿਮਦ ਭਾਈ ਦਾ ਅੱਜ ਵਲੀਮਾ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਆ ਜੇ, ਅਤੇ ਜਿਹੜੇ ਮੇਰੇ ਭਰਾ ਫੇਸਬੁੱਕ 'ਤੇ ਨੇ, ਪੇਜ ਨੂੰ ਲਾਜ਼ਮੀ ਫਾਲੋ ਕਰਿਆ ਜੇ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ। ਅਸਲਾਮ ਵਾਲੇ।